ਬਣਾ ਰਹੇ ਹਾਂ ਜੀ। ਅਸਲਾਮ ਮਾਸ਼ਾਅੱਲਾ ਜਨਾਬ, ਅੱਜ ਮੰਡੀ ਸ਼ਾਹਪੁਰ ਕਾਜਰਾ ਦਾ ਜਨਾਬ ਅਸੀਂ ਕਰ ਰਹੇ ਜੀ ਵਿਜ਼ਿਟ, ਅਤੇ ਆਓ ਜ਼ਰਾ ਮੰਡੀ ਨੂੰ ਅੱਜ ਚੈੱਕ ਕਰਦੇ ਹਾਂ ਜਨਾਬ ਕਿ ਰੇਟ ਵਗੈਰਾ ਕੀ ਨੇ ਜੀ ਜਾਨਵਰਾਂ ਦੇ, ਔਰ ਕੁਰਬਾਨੀ ਦੇ ਜਿਹੜੇ ਜਾਨਵਰ ਨੇ ਉਹ ਕਿਸ ਤਰ੍ਹਾਂ ਲੋਕ ਜਿਹੜੇ ਨੇ ਖਰੀਦ ਰਹੇ ਨੇ। ਅਤੇ ਚਲੋ ਜਨਾਬ ਵੀਡੀਓ ਸ਼ੁਰੂ ਕਰਨੇ ਜਨਾਬ, ਔਰ ਦੋਸਤਾਂ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ। ਆਓ ਜ਼ਰਾ ਬੇਟਾ, ਕਿੰਨੇ ਪੈਸੇ ਦਿੰਦੇ, ਕਿੰਨੇ ਪੈਸੇ? 70,000 ਦੋ ਦੰਦ ਜੇ ਛਿੱਗਾ ਲਓ ਜੀ, ਛਿੱਗਾ ਜਾਨਵਰ ਜੇ ਅਤੇ 70,000 ਰੁਪਇਆ ਜਨਾਬ ਮੰਗਦਾ ਪਿਆ ਜੇ। ਠੀਕ ਆ, ਲਓ ਜੀ ਇੱਕ ਛਤਰ ਹੈ ਵੀ ਖੜੋਚਾ, ਅਤੇ ਇਹਦਾ ਵੀ ਜ਼ਰਾ ਰੇਟ ਵੇਖਦੇ ਹਾਂ ਜਨਾਬ, ਰੇਟ ਕਿੰਨਾ? ਇਹ ਕਿੰਨੇ ਪੈਸੇ ਵੀਰ ਮੰਗਦੇ ਇਹਦੇ, ਕਿੰਨੇ ਪੈਸੇ ਮੰਗਦੇ ਹੋ? ਅਜੇ ਤਾਂ ਮੰਗਿਆ ਜੀ, ਅੱਜ ਕੱਲ੍ਹ ਕੁਛ ਨਹੀਂ ਮੰਗਿਆ, ਅਜੇ ਵੇਖਣ ਗਏ ਆ। ਉਹਨੂੰ ਛੱਡ, ਤੂੰ ਕਿੰਨੇ ਮੰਗਦਾ? ਮੈਂ ਕਿਹਾ 1,00,000 ਰੁਪਇਆ ਮੈਨੂੰ ਮਿਲ ਜਾਏ, 1,00,000 ਰੁਪਇਆ ਮਿਲ ਜਾਏ। ਲਓ ਜੀ 1,00,000 ਕਹਿੰਦਾ ਮਿਲ ਜਾਏ, ਮੈਂ ਕਹਿੰਦਾ ਅੱਲਾ ਤੈਨੂੰ ਡੇਢ ਦੇਵੇ। ਹਾਂ, ਪਰ ਛੇਤੀ ਦੱਸਿਆ ਕਰ। ਲਓ ਜੀ 1,00,000 ਕਹਿੰਦਾ ਮੈਨੂੰ ਮਿਲ ਜਾਵੇ, ਅਤੇ ਬਾਕੀ ਮਾਸ਼ਾਅੱਲਾ ਖਰੀਦਦਾਰ ਵੀ ਖੜੋਤੇ ਹੋਏ ਨੇ, ਇਹਨਾਂ ਕੋਲੋਂ ਵੀ ਪੁੱਛ ਰਹੇ ਨੇ ਜਨਾਬ ਕਿ ਖਰੀਦਦਾਰ ਇਸ ਜਾਨਵਰ ਦਾ ਕੀ ਰੇਟ ਵਗੈਰਾ ਕੀ ਲਗਾਉਂਦੇ ਨੇ। ਮਾਲਕ ਦੀ ਕੋਸ਼ਿਸ਼ ਇਹ ਹੁੰਦੀ ਕਿ ਸਾਨੂੰ 1,00,000 ਰੁਪਇਆ ਮਿਲ ਜਾਵੇ ਜਾਂ 1,50,000 ਮਿਲ ਜਾਵੇ ਜਾਂ 1,25,000 ਰੁਪਇਆ ਮਿਲ ਜਾਵੇ, ਲੇਕਿਨ ਇਹ ਉਹਨਾਂ ਦੀ ਕੋਸ਼ਿਸ਼ ਹੈ। ਹੁਣ ਇਹਨਾਂ ਕੋਲੋਂ ਵੀ ਪੁੱਛ ਲਾਂਗੇ ਕਿ ਰੇਟ ਵਗੈਰਾ ਇਹਨਾਂ ਨੇ ਕੀ ਲਾਇਆ ਜੀ। ਜਨਾਬ ਕਿੰਨਾ ਰੇਟ ਲਾਇਆ ਜੇ ਮਾਸ਼ਾਅੱਲਾ? 38,000 ਰੁਪਇਆ। ਲਓ ਜੀ 38 ਲਾਇਆ ਜੇ ਆਵਾਮ ਨੇ ਜੀ, 38,000 ਰੁਪਇਆ ਰੇਟ ਲਾਇਆ ਜੇ ਇਸ ਜਾਨਵਰ ਦਾ, ਜਿਹਦਾ ਕਿ ਲੋਕ ਮਾਲਕ ਜਿਹੜਾ 1,00,000 ਰੁਪਇਆ ਮੰਗਦਾ ਪਿਆ। ਕਿੰਨੇ ਪੈਸੇ ਲਾਏ ਜੀ ਵੱਡੇ ਤੁਸੀਂ? ਇੱਕੋ ਹੀ ਲਾਇਆ ਜੇ, 38 ਸਹੀ ਲਾਤਾ ਜੀ। ਲਓ ਜੀ 38,000 ਰੁਪਇਆ ਰੇਟ ਲਾਇਆ ਜੇ, ਅਤੇ ਆਓ ਜ਼ਰਾ ਅੱਗੇ ਚੱਲਦੇ ਹਾਂ ਜਨਾਬ, ਹੋਰ ਪੁੱਛਦੇ ਹਾਂ। ਇਹ ਦੇਖੋ ਇਹ ਬਜ਼ੁਰਗਵਾਰ ਕੋਲ ਦੋ ਜਾਨਵਰ ਜਨਾਬ ਖੜੇ ਜੇ, ਇਹਨਾਂ ਦੇ ਵੀ ਰੇਟ ਪੁੱਛ ਲੈਂਦੇ ਕਿ ਇਹ ਜਾਨਵਰ ਦੇ ਕਿੰਨੇ ਪੈਸੇ ਮੰਗਦੇ ਨੇ। ਅਸਲਾਮ ਅਲੈਕੁਮ ਜੀ, ਜਨਾਬ ਕਿੰਨੇ ਪੈਸੇ ਮੰਗ ਰਹੇ ਹੋ ਵੇਚਣ ਵਾਸਤੇ? 1,20,000। 1,20,000 ਰੁਪਇਆ ਮੰਗ ਰਹੇ ਨੇ ਜੀ। ਇਹ ਦੇਖੋ ਇਹਨਾਂ ਦੇ ਮੂੰਹ 'ਤੇ ਉਰੇ ਕਰੋ ਥੋੜ੍ਹਾ ਜਿਹਾ। ਲਓ ਜੀ 1,20,000 ਰੁਪਇਆ ਮੰਗਦੇ ਜੇ, ਯਾਨੀ 60,000 ਰੁਪਇਆ। ਲਓ ਜੀ 60,000 ਰੁਪਇਆ ਮੰਗ ਰਹੇ ਜੀ। ਲਓ ਇੱਧਰ ਹੋਰ ਇਹ ਦੋ ਦੋਸਤ ਲੈ ਕੇ ਆ ਜੇ, ਕਿੰਨੇ ਪੈਸੇ ਮੰਗ ਰਹੇ ਹੋ ਇਹਦੇ? 2,20,000 ਦਾ, 2,20,000 ਰੁਪਈਏ ਦਾ ਦੋਵੇਂ, ਠੀਕ ਹੈ। 1,10,000 ਦਾ, ਅਤੇ ਇਹਦੀ ਉਮਰ ਕਿੰਨੀ ਹੋ ਗਈ ਹੈ? ਦੋਂਦੇ ਹੈਗੇ ਨੇ। ਫਾਈਨਲ ਵੈਸੇ ਕਿੰਨੋਂ ਤੇ ਕਿੱਥੋਂ ਤੱਕ ਦੇਣਾ? 2,00,000 ਦੇ, 1,00,000 ਰੁਪਈਏ ਦੇ ਦੇਣਾ, ਇਹ ਤੋਂ ਘੱਟ ਨਹੀਂ ਦੇਣਾ। ਕਿਹੜੀ ਜਗ੍ਹਾ ਤੋਂ ਆਏ ਹੋ? ਚੀਚਾ ਬਦਰੀ ਤੋਂ। ਦੋ ਜਾਨਵਰ ਲੈ ਕੇ ਆਏ ਜੇ ਕਿ ਜ਼ਿਆਦਾ ਲਿਆਂਦੇ ਜੇ? 16 ਜਾਨਵਰ ਲਿਆਂਦੇ ਨੇ, ਦੋ ਬਕਾਇਆ ਰਹਿ ਗਏ ਜੇ। ਚਲੋ ਲਓ ਜੀ 16 ਜਾਨਵਰ ਜਨਾਬ ਲਿਆਂਦੇ ਸੀ, ਅਤੇ ਦੋ ਜਾਨਵਰ ਜਨਾਬ ਰਹਿ ਗਏ ਨੇ। ਲਓ ਜੀ ਅੱਗੇ ਚੱਲਦੇ ਹਾਂ, ਹੋਰ ਤੁਹਾਨੂੰ ਜਾਨਵਰ ਤੁਹਾਨੂੰ ਦਿਖਾ ਰਹੇ ਹਾਂ। ਜਾਨਵਰ ਜਨਾਬ ਤੁਹਾਨੂੰ ਦਿਖਾਉਂਦੇ ਪਏ ਜੀ, ਸਿਲੈਕਟਿਵ ਸਿਲੈਕਟਿਵ, ਯਾਨੀ ਕਿ ਕੁਰਬਾਨੀ ਦੇ ਜਿਹੜੇ ਜਾਨਵਰ ਨੇ ਜੀ, ਉਹ ਜਾਨਵਰ ਜਿਹੜੇ ਨੇ ਉਹ ਤੁਹਾਨੂੰ ਦਿਖਾ ਰਹੇ ਜੇ। ਇੱਧਰ ਇੱਕ ਮੱਖੀ ਚੀਨ ਹੈ ਵੀ ਕੁੜਾ ਜੇ। ਇਹ ਕਿੰਨੇ ਦਾ ਵੱਡੇ ਵੇਚ ਰਿਹਾ ਜੀ? ਇਹ ਬੱਕਰੀ ਹੈ ਜੀ। ਕਿੰਨੇ ਦੀ? 80,000 ਰੁਪਏ ਦੀ।
ਲਓ ਜੀ 80,000 ਰੁਪਏ ਦੀ ਬੱਕਰੀ ਵੇਚ ਰਿਹਾ ਜੇ, ਔਰ ਇਹਦੇ ਨਾਲ ਹੀ ਇੱਕ ਬੱਚਾ ਹੈਗਾ ਜੇ, ਇਹ ਦੇਖੋ ਇਹ ਬੱਚੇ ਦੇ ਕੋਲ ਇਹ ਬੱਕਰਾ ਹੈਗਾ ਜੇ, ਇਹਦਾ ਵੀ ਰੇਟ ਪੁੱਛ ਰਹੇ ਨੇ ਕਿ ਕਿੰਨੇ ਦਾ ਇਹ ਵਾਲਾ ਬੱਕਰਾ। ਬੇਟਾ ਕਿੰਨੇ ਪੈਸੇ ਇਹਦੇ, ਇਸਕੇ ਕਿੰਨੇ ਪੈਸੇ? 75,000 ਰੁਪਇਆ। ਅੱਛਾ ਕਿੰਨੇ ਦਾਂਤੋਂ ਮੈਂ ਹੈ? ਦੋ ਦਾਂਤ ਮੈਂ ਜੀ। 75,000 ਰੁਪਇਆ ਜਨਾਬ ਇਹਦਾ ਮੰਗ ਰਹੇ ਜੇ। ਹੁਣ ਜਨਾਬ ਜ਼ਰਾ ਪਰਲੀ ਤਰਫ ਚੱਲਦੇ ਹਾਂ। ਪਰਲੀ ਤਰਫੋਂ ਸਾਨੂੰ ਫਾਇਦਾ ਇਹ ਹੋਵੇਗਾ ਕਿ ਜਿਹੜੇ ਜਾਨਵਰ ਲੋਕ ਲੈ ਕੇ ਆ ਰਹੇ ਨੇ ਜੀ, ਉਹਨਾਂ ਦਾ ਰੇਟ ਵੀ ਸਾਨੂੰ ਪਤਾ ਲੱਗ ਜਾਏਗਾ। ਇਹ ਦੇਖੋ ਰਕਸ਼ੇ ਦੇ ਵਿੱਚ ਰੱਖ ਰਹੇ ਨੇ, ਇਹ ਉਹ ਜਾਨਵਰ ਨੇ ਜਿਹੜੇ ਕਿ ਕੁਰਬਾਨੀ ਦੇ ਉੱਤੇ ਜਨਾਬ ਉਹਨਾਂ ਨੇ ਲਗਾਉਣੇ ਨੇ, ਕੁਰਬਾਨੀ ਵਾਸਤੇ ਜਨਾਬ ਖਰੀਦੇ ਨੇ। ਇਹ ਜੀ ਕੁਰਬਾਨੀ ਵਾਸਤੇ ਖਰੀਦੇ ਜੀ। ਇਹ ਕਿੰਨੇ ਦੀ ਮਾਸ਼ਾਅੱਲਾ ਜੋੜੀ ਆ ਗਈ ਆ ਉਰਲੀ? ਹਾਂ, ਇਹ ਉਰਲੀ ਜਿਹੜੀ ਬਲੈਕ 2,60,000 ਦੀ ਦੋਂਦੇ ਨੇ ਸਾਰੇ, ਅਤੇ ਆ ਮੱਖੀ ਜੀ ਨੇ ਵੀ ਨਾਲ, ਯਾਨੀ 2,60,000 ਦੀ। ਠੀਕ ਹੋ ਗਿਆ। ਲਓ ਜੀ 2,00,000 ਅਤੇ 60 ਦੀ, 1,30,000 ਦੀ ਯਾਰ, 1,30,000 ਦੀ ਤਾਂ ਮਹਿੰਗੀ ਨਹੀਂ? ਮੰਗ ਤਾਂ ਰਹੇ ਨੇ ਮਗਰ ਫਿਰ ਵੀ 1,30,000 ਤਾਂ ਜ਼ਿਆਦਾ ਹੈਗਾ, 1,30,000 ਦਾ ਬੱਕਰਾ। ਚਲੋ ਮੰਨ ਲੈਣਾ ਜਨਾਬ ਕਿ ਤੁਹਾਨੂੰ 2,60,000 ਦੀ ਜੀ ਜੋੜੀ ਇਹਨਾਂ ਨੇ ਲਿਆਂਦੀ ਸੀ, ਉਹ ਵਾਲੀ ਉਹ ਵੀ 2,60,000 ਦੀ। ਬੜਾ ਯਾਰ ਕਮਾਲ ਰੇਟ ਹੈ ਬਾਈ ਭਾਈ, 2,60,000 ਰੁਪਏ ਦੀ। ਅਤੇ ਲਓ ਜੀ ਕਮੈਂਟ ਦੇ ਵਿੱਚ ਜ਼ਰੂਰ ਤੁਸੀਂ ਦੱਸਿਆ ਜੇ ਕਿ ਇਹ ਜੋੜੀ ਵਾਕਿਆ 2,60,000 ਰੁਪਏ ਦੀ। ਤੁਹਾਡੇ ਕਮੈਂਟ ਦਾ ਜਨਾਬ ਇੰਤਜ਼ਾਰ ਹੈਗਾ। ਲਓ ਜਨਾਬ ਹੁਣ ਪਰਲੀ ਤਰਫ ਜਾਂਦੇ ਹਾਂ ਜੀ, ਔਰ ਬਲਕਿ ਇਸੇ ਤਰਫ ਹੀ ਰਹਿੰਦੇ ਹਾਂ ਕਿਉਂਕਿ ਇੱਥੇ ਜਾਨਵਰ ਨੇ ਜੇ ਕੁਰਬਾਨੀ ਦੇ ਆ ਰਹੇ ਨੇ, ਔਰ ਇਹ ਉਹ ਬੰਦੇ ਜਿਹੜੇ ਜਨਾਬ ਕੁਰਬਾਨੀ ਦੇ ਜਾਨਵਰ ਲੈ ਕੇ ਆ ਰਹੇ ਨੇ, ਇਹਨਾਂ ਕੋਲੋਂ ਸਹੀ ਰੇਟ ਦਾ ਪਤਾ ਲੱਗਦਾ ਕਿ ਇਹਨਾਂ ਨੇ ਕਿੰਨੇ ਦਾ ਖਰੀਦਿਆ। ਇੱਦਾਂ ਦੇਖੋ ਇਹ ਵੀ ਜੋੜੀ ਕੁਰਬਾਨੀ ਵਾਸਤੇ ਜਾਨਵਰ, ਪਹਿਲਾਂ ਦੇਖੋ ਕਿੰਨੇ ਦੀ ਲਈ ਹੈ ਬੇਟਾ ਜੋੜੀ? ਅੱਛਾ ਕਿੰਨੇ ਕਿੰਨੇ ਪੈਸੇ ਮੰਗ ਰਹੇ ਹੋ? 2,60,000 ਰੁਪਏ ਦੇ। ਦੋ ਲੱਖ ਅਤੇ 60,000 ਰੁਪਇਆ ਜੀ ਉਹ ਕਹਿੰਦੇ ਨੇ ਜੀ ਵੇਚਣੇ ਨੇ। ਲਓ ਜਨਾਬ ਹੋਰ ਚੱਲਨੇ ਜੇ ਅੱਗੇ, ਇਹ ਦੇਖੇ ਜੀ ਇਹ ਵੀ ਜਾਨਵਰ ਇਹਨਾਂ ਨੇ ਮੇਰਾ ਖਿਆਲ ਕੁਰਬਾਨੀ ਕੇ ਲਈ ਖਰੀਦਾ ਹੋਇਆ। ਇਸੇ ਪੁੱਛਦੇ ਹੈ ਕਿ ਜਨਾਬ ਕਿਤਨੇ ਕਾ ਖਰੀਦਾ? ਇਹ ਕਿਤਨੇ ਕਾ ਜਨਾਬ ਖਰੀਦਾ? ਕਿਤਨੇ ਕਾ ਖਰੀਦਾ? 73 ਕਾ। ਵੈਸੇ ਮੰਗ ਕਿਤਨੇ ਰਹੇ ਥਾ? 1,10,000। 1,10,000 ਮੰਗ ਰਹਾ ਥਾ ਜੀ, 73,000 ਰੁਪਏ ਮੈਂ ਇਹਨਾਂ ਨੇ ਖਰੀਦਾ। ਅਗਰ ਆਪਨੇ ਵੀ ਖਰੀਦਣਾ ਹੈ ਕੁਰਬਾਨੀ ਕਾ ਜਾਨਵਰ ਤੋ ਆਪ ਵੀ ਖਰੀਦ ਸਕਤੇ ਹੈ। ਤੋ ਵੀਡੀਓ ਮਾਸ਼ਾਅੱਲਾ ਇਸ ਲਈ ਬਣਾ ਰਹੇ ਜੀ ਕਿ ਰੇਟ ਵਗੈਰਾ ਕਾ ਆਪਕੋ ਪਤਾ ਚੱਲ ਜਾਏ। ਕਿਸ ਜਗ੍ਹਾ ਸੇ ਆਏ ਬੇਟਾ? ਮੀਆਂ ਸਾਈਡ। ਹਾਂ ਨਵਾਦ ਬੱਕਰਾ ਮੰਡੀ, ਬੱਕਰਾ ਮੰਡੀ। ਲਓ ਜੀ ਇਹ ਵੀ ਜਿਹੜੇ ਨੇ ਬਾਂਧੇ ਲੈ ਕੇ ਆ ਰਿਹਾ ਜੀ ਜੋੜੀ ਬੱਕਰਿਆਂ ਦੀ, ਇਹਨਾਂ ਕੋਲ ਵੀ ਰੇਟ ਵਗੈਰਾ ਪੁੱਛਣਾ ਜਨਾਬ ਕਿੰਨੇ ਦੀ ਜੋੜੀ ਲਈ ਜੇ। ਲਓ ਜਨਾਬ ਸਾਰੇ ਬੰਦੇ ਜਿਹੜੇ ਨੇ ਫੋਰ ਸੇਲ ਬੱਕਰੇ ਲੈ ਕੇ ਖੜ੍ਹੇ ਜੇ। ਇੱਧਰ ਵੇਖੋ ਇੱਕ ਜਾਨਵਰ ਚੈੱਕ ਕਰੋ, ਕਿੰਨੀ ਉਮਰ ਹੋ ਗਈ ਜੀ? ਹੈਂ ਤੂੰ ਆਪਦੀ ਵੀ ਦੱਸ ਦੇ, ਬੱਕਰੇ ਦੀ ਵੀ ਦੱਸ ਦੇ। ਅੱਛਾ ਤੀਹ ਦੀ? ਦੋ ਸਾਲ। ਦੋ ਸਾਲ ਅਤੇ ਰੁਪਈਆ ਕਿੰਨੇ ਮੰਗਦੇ ਨੇ? 2,20,000। ਥੋੜ੍ਹਾ ਜਿਹਾ ਟੋਰੇ ਨਾ ਤਾਂ 2,20,000 ਰੁਪਈਆ ਜਨਾਬ ਮੰਗਦੇ ਪੈ ਜੇ। ਇਹ ਦੇਖੋ ਮਾਸ਼ਾਅੱਲਾ 2,20,000 ਰੁਪਈਆ। ਵੈਸੇ ਫਾਈਨਲ ਕਿੰਨਾ ਕਿੰਨਾ ਹੋ ਜਾਏਗਾ, ਛੱਡਣਾ ਕਿਤੇ?
ਦੱਸ ਹੁਕਮ ਤੇ ਫਾਈਨਲ ਹੋਣੀ ਸੀ, ਦੱਸਿਆ ਹੁਣ ਤੁਸੀਂ ਦੱਸੋ। ਚੱਲ ਤੂੰ ਦੱਸ ਦੇ ਫੇਰ ਦੱਸ ਦੇ। ਨਹੀਂ ਇੰਜ ਸੌਦੇ ਨਹੀਂ ਤੇ ਜਿਹਨੇ ਮੁੱਲ ਲਾਉਣਾ ਪੈਂਦਾ ਹੈ 1 ਲੱਖ ਰੁਪਈਆ। ਨਹੀਂ ਹੁਣ 2-10 ਪੂਰੇ 2-10 ਦਾ ਲੈ, ਪੂਰੇ 2-10 ਦਾ। ਠੀਕ ਲਓ ਜੀ, ਪੂਰੇ 2-10 ਦਾ। ਹਾਂ ਆ ਵੇ ਆ ਲੈਣ ਆਏ ਖੜੇ ਨੇ, ਲਓ ਜੀ ਇਹਨਾਂ ਦੇ ਵੀ ਰੇਟ ਲਾਓ, ਅੱਗੇ ਕਿੱਥੇ ਚੱਲੇ ਜੇ ਆ ਵੇਖੋ। ਲਓ ਜੀ ਫਾਈਨਲ 2-10 ਦਾ। ਅਤੇ ਇਹ ਜਿਹੜਾ ਬੱਕਰਾ ਫੜਿਆ ਹੋਇਆ ਇਹਦੇ ਕਿੰਨੇ ਪੈਸੇ? ਅਸੀਂ ਥੋੜ੍ਹਾ ਜਿਹਾ ਮੂੰਹ ਨਾ ਕਰ। ਹਾਂ ਲਓ ਜੀ 90,000 ਦੋਂਦਾ ਚੌਗਾ ਜੀ। ₹1,00,000 ਥੋੜਾ ਹੈਗਾ ਸਰ, ਤੂੰ ਦੱਸ ਦੇ ਫਿਰ। ਹਾਂ ਚਲੋ ਠੀਕ ਹੈ, ਖਲੋਤੇ ਰੋਲਾ ਦੌੜਾ 2 ਦਾ ਵਗਾਵੇ ਭਾਈ। ਇਹ ਕਿੰਨੇ ਪੈਸੇ ਭਾਈ? ਭਾਈ ਆ ਨਾਗਰਾ ਦੇ ਕਿੰਨੇ ਪੈਸੇ ਬੇਟਾ? ਉਮਰ ਤੇਰੀ ਕਿੰਨੀ ਹੈ? ਹੈਂ ਉਮਰ ਤੇਰੀ 14 ਸਾਲ ਹੈ, ਗੱਲ ਤੂੰ 100 ਸਾਲ ਦੀ ਕਰਨਾ। ਕਿੰਨੇ ਪੈਸੇ ਬੇਟੇ ਦੇ? 1,10,000 ਦੋਂਦੇ ਚੌਗਾ 1,10,000 ਅਤੇ ਉੱਪਰਲਾ ਵੀ ਇੱਕੋ ਸਾਈਡ ਦੇ ਗਏ ਘਰ ਦੇ ਪਾਲੇ ਹੋਏ। ਫਾਈਨਲ ਵੈਸੇ ਕਾਂ ਤੱਕ ਹੋ ਜਾਏਗਾ 1,05,000। ਲਓ ਜੀ 1,05,000 ਕਾ ਹੋ ਜਾਏਗਾ ਜੀ। ਜੀ ਬੇਟਾ ਕਿਤਨੇ ਪੈਸੇ ਇਸਕੇ? 1,10,000 ਕਰਕੇ ਪਾਲੇ ਹੋਏ ਇਹ ਦੋਨੇ ਮੱਖੀ 'ਚ ਨੇ। 1,10,000 ਕੇ ਫਾਈਨਲ ਕਾਂ ਤੱਕ? ਕੋਈ ਨੰਬਰ ਵਗੈਰਾ ਹੈ ਆਪਣੇ ਪਾਸ? ਜੀ ਜੀ ਕਿਸ ਜਗ੍ਹਾ ਸੇ? ਬਾਟੀ ਗੇਟ। ਇਹ ਚਾਰੋ ਦਾਣੇ ਆਪਕੇ ਯਾਦ ਵੋ ਵੀ ਹੈ ਜੀ? ਚਾਰੋ ਹੀ। ਲਓ ਜੀ ਬਾਟੀ ਗੇਟ ਸੇ ਆਏ ਹਾਂ ਜੀ, ਔਰ ਮੱਖੀ ਚੀਨੇ ਹੈ ਇਹ ਮਾਸ਼ਾਅੱਲਾ, ਇਹ ਵੀ ਬੈਠਾ ਹੁਆ ਔਰ ਇਹ ਵਾਲਾ ਵੀ ਬੈਠਾ ਹੁਆ ਔਰ ਇਹ ਵਾਲੇ ਜਾਨਵਰ ਵੀ ਹੈ ਇਨਕੇ ਪਾਸ। ਤੋ ਆਪ ਮਾਸ਼ਾਅੱਲਾ ਮਜ਼ੀਦ ਜੋ ਹੈ ਇਨਸੇ ਰਾਬਤਾ ਕਰ ਸਕਤੇ ਇਸ ਵਕਤ ਤੋਂ ਮੰਡੀ ਸ਼ਾਹਪੁਰ ਕਾਂਜਰਾ ਕੇ ਅੰਦਰ ਖੜੇ ਹੋਏ ਹਨ, ਔਰ ਦੇਖਤੇ ਹੈ ਜਨਾਬ ਮਾਸ਼ਾਅੱਲਾ ਰੇਟਸ ਵਗੈਰਾ ਕਿਆ ਹੈ ਜਾਨਵਰੋਂ ਕੇ। ਇਹ ਦੇਖੇ ਇਹ ਵੀ ਜੋੜੀ ਖੜੀ ਹੋਈ ਹੈ ਕਿ ਜੋੜੀ ਕੇ ਕਿਤਨੇ ਪੈਸੇ ਬੇਟਾ? 1,50,000 ਬਿਸਮਿਲ੍ਲਾ 75,000 ਰੁਪਇਆ ਜੀ। ਹਾਂ ਅੱਛਾ ਇਹ 90 ਕਾ ਔਰ ਵਹ 60 ਕਾ। ਲਓ ਜੀ ਮਾਸ਼ਾਅੱਲਾ ਔਰ ਦਿਖਾਤੇ ਹੈ ਜਨਾਬ, ਕਈ ਲੋਕ ਜਨਾਬ ਬੱਕਰੀਆਂ ਵੀ ਲੈ ਕੇ ਜਾ ਰਹੇ ਹਾਂ। ਇਹ ਦੇਖੇ ਜੀ ਇਹ ਵੀ ਭਾਈ ਜੋ ਹੈ ਨਾ ਬੱਕਰੇ ਖਰੀਦ ਕੇ ਲੈ ਕੇ ਆ ਰਹੇ, ਇਨਸੇ ਵੀ ਪੁੱਛਦੇ ਹੈ। ਅਸਲਾਮ ਵਾਲੇਕੁਮ ਬੇਟਾ, ਕਿਆ ਨਾਮ ਹੈ ਆਪਕਾ? ਮੁਨੀਫ। ਕਿਤਨੇ ਕੀ ਲੀ ਹੈ? ਸੇਲ ਕਰਨੇ ਆ। ਅੱਛਾ ਕਿਤਨੇ ਕੇ ਸੇਲ ਕਰਨੇ? ਇਹ ਜੋੜੀ ਕੇ ਕਿਤਨੇ ਪੈਸੇ ਮੰਗ ਰਹੇ ਆਪ? ਇਹ ਵਾਲੀ, ਇਹ ਵਾਲਾ ਔਰ ਇਹ ਵਾਲਾ 1,80,000 ਔਰ ਇਸਕਾ ਮੱਖੀ? ਅੱਛਾ 1,00,000 ਰੁਪਏ ਫਾਈਨਲ ਵੈਸੇ ਜੋੜੀ ਕੇ ਕਿਤਨੇ ਹੋ ਜਾਏਗੇ? 1,70,000 ਰੁਪਏ। ਲਓ ਜੀ 1,70,000 ਰੁਪਏ ਹੋ ਜਾਏਗਾ ਔਰ ਇਹ ਲੱਖ ਵਾਲੇ ਕੇ? ਕੋਈ ਨੰਬਰ ਵਗੈਰਾ ਹੈ ਆਪਕਾ? ਜੀ ਜ਼ਰਾ 0304-4842-218। ਔਰ ਕਹਾਂ ਸੇ? ਅਮਾਨ ਮਾਰਕੀਟ ਫਿਰੋਜ਼ਪੁਰ ਰੋਡ। ਠੀਕ ਹੈ ਜੀ ਅਮਾਨ ਮਾਰਕੀਟ ਸੇ ਹੈ ਜੀ, ਔਰ ਇਹ ਵੀ ਮਾਸ਼ਾਅੱਲਾ ਬੱਕਰੇ ਇਨਕੇ ਪਾਸ ਖੜੇ ਹੋਏ ਹੈ। ਇਹ ਮੇਰਾ ਖਿਆਲ ਹੈ ਕੋਈ 8-9 ਬੱਕਰੇ ਬਣ ਰਹੇ ਹੈ। ਕਿਤਨੇ ਬੱਕਰੇ ਜੀ? 8 ਬੱਕਰੇ 8-9। ਚਲੋ ਅਤੇ ਕੀ ਨਾਮ ਕੀ ਵੀਰ ਆਪਣਾ? ਨਾਮ ਹੈ। ਅੱਛਾ
ਤੇ ਜ਼ਰਾ ਇਹਦਾ ਕੋਈ ਜਨਾਬ ਦੱਸੋ ਹਾਂ ਮੱਕੀ ਚੀਨਾ ਆਇਆ ਜਿਹੜਾ ਬੱਕਰਾ ਤੁਹਾਡੇ ਕੋਲ ਖੜਾ ਇਹ ਦੋਂਦੇ ਹੀ ਸਾਰੇ ਕੁਰਬਾਨੀ ਤੇ ਲੱਗਣ ਵਾਲੇ ਨੇ ਤੇ ਇਹਦੇ ਕਿੰਨੇ ਰੇਟ ਕਰ ਰਹੇ ਜੇ 95,000 ਰੁਪਈਆ ਯਾਨੀ ਤੁਹਾਡੇ ਕੋਲ ਜਿਹੜੇ 8 ਬੱਕਰੇ ਨੇ ਉਹਦੇ ਵਿੱਚੋਂ ਜਿਹੜੀ ਟੌਪ ਕਲਾਸ ਵੱਡੀ ਜੋੜੀ ਹੈ ਇਹ ਵਾਲੀ ਇਹ ਜੋੜੀ ਬਲੈਕ ਦੀ ਤੇ ਨਾਗਰੇ ਦੀ ਕੱਢ ਕੇ ਤੇ ਆਹ ਇਹ ਜਿਹੜੇ ਹੈਗੇ ਨੇ ਇਹਨਾਂ ਦੇ ਰੇਟ ਇੱਕੋ ਹੀ ਹੈ ਅੱਛਾ ਇਹਨਾਂ ਦੋਵਾਂ ਦਾ ਰੇਟ ਦੱਸੋ ਕੀ ਹੈ 3,00,000 ਤੇ 20,000 ਰੁਪਈਆ ਫਾਈਨਲ ਵੈਸੇ ਕਿੱਥੋਂ ਇਹ ਵੀ ਦੋਂਦੇ ਨੇ ਇਹ ਚੋਗੇ ਗਏ ਕੋਈ ਨੰਬਰ ਆਪਣਾ ਦੱਸੋ ਹਾਂਜੀ ਨਾਮ ਤੁਹਾਡਾ ਸ਼ਹਿਜ਼ਾਦ ਇੱਥੋਂ ਦੇ ਮਾਂਗਾ ਮੰਡੀ ਸ਼ਹਿਰ ਲਓ ਜੀ ਮਾਂਗਾ ਮੰਡੀ ਸ਼ਹਿਰ 'ਤੇ ਨੇ ਜੀ ਅਤੇ ਜਾਨਵਰ ਮਾਸ਼ਾਅੱਲਾ ਇਹ ਮੱਖੀ ਚੀਨੇ ਹੈਗੇ ਜਿਹਨਾਂ ਕੋਲ ਇਹ ਵੀ ਜੋੜੀ ਖੜੀ ਹੈ ਅਤੇ ਜਿਹੜੀ ਵੱਡੀ ਟੌਪ ਕਲਾਸ ਜਿਹੜੀ ਉਹਨਾਂ ਦੇ ਕੋਲ ਨਾਗਰਾ ਦੇ ਵਿੱਚ ਬਲੈਕ ਦੇ ਵਿੱਚ ਉਹ ਵੀ ਖੜੀ ਅਤੇ ਲਓ ਜੀ ਰੇਟ ਤੁਸੀਂ ਕਰ ਸਕਦੇ ਜੇ ਬਕਾਇਦਾ ਫੋਨ ਕਰਕੇ ਵੀ ਮਾਸ਼ਾਅੱਲਾ ਹੋਰ ਤੁਹਾਨੂੰ ਦਿਖਾ ਰਿਹਾ ਜੀ ਇਹ ਤਾਂ ਦੇਖੋ ਬੜੇ ਦੋਸਤ ਜਨਾਬ ਇੱਥੇ ਰੇਟ ਸ਼ੇਟ ਵੀ ਕਰਦੇ ਨੇ ਖਰੀਦਦਾਰੀ ਵੀ ਕਰ ਰਹੇ ਨੇ ਇਹਨਾਂ ਕੋਲੋਂ ਰੇਟ ਲੈਂਦੇ ਆ ਵੀਰ ਜੀ ਅਸਲਾਮ ਵਾਲੇਕੁਮ ਇਹ ਕਿੰਨੇ ਦਾ ਵੇਚ ਰਹੇ ਹੋ 65,000 ਰੁਪਈਆ ਜੋ ਦੋਂਦਾ ਚੌਗਾ 65,000 ਰੁਪਈਏ ਦਾ ਲਓ ਜੀ ਚੈੱਕ ਕਰੋ ਜੀ 65,000 ਰੁਪਏ ਦਾ ਜੀ ਚੌਗਾ ਇੱਧਰ ਵੇਖੋ ਇੱਧਰ ਵੀ ਕਿਉਂ ਨਹੀਂ ਵੇਚਦੇ ਪਏ ਕਿੰਨਾ ਰੇਟ ਲਾਇਆ ਉਹਨਾਂ ਨੇ ਸਾਹ ਜੀ ਉਹਨਾਂ ਨੂੰ ਅਸੀਂ 65,000 ਰੁਪਈਆ ਲਾਇਆ ਉਹਨਾਂ ਨੇ 45,000 ਰੁਪਈਆ ਲਾਇਆ 65,000 ਰੁਪਈਆ ਮੰਗਿਆ ਜੀ ਤੁਸੀਂ ਇਸ ਬੱਕਰੇ ਦਾ 65 ਤੇ ਤੁਸੀਂ ਕਿੰਨੇ ਮੰਗਦੇ ਜੇ 65 ਤੇ ਉਹਨਾਂ ਨੇ 45 ਲਾਇਆ ਤੁਸੀਂ ਫਾਈਨਲ ਕਿੱਥੋਂ ਤੀਕਰ ਦੇਣਾ ਅਸੀਂ ਫਾਈਨਲ ਦੇਣਾ ਭਾਜੀ 50 ਤੀਕਰ 50 ਤੀਕਰ ਲਓ ਜੀ 50,000 ਰੁਪਈਆ ਤੀਕਰ ਜੀ ਬੱਚੇ ਕਹਿੰਦੇ ਨੇ ਜੇ ਫਾਈਨਲ ਦੇਣਾ ਤੇ 50 ਦਾ ਤਾਂ ਵੈਸੇ ਰੇਟ ਬਹੁਤ ਜ਼ਿਆਦਾ ਹੀ ਆ ਇਹ ਮੇਰਾ ਖਿਆਲ ਤੁਸੀਂ ਇੱਥੋਂ ਖਰੀਦ ਕੇ ਵੇਚਦੇ ਪਏ ਹੋਵੋਗੇ ਬੜਾ ਮਹਿੰਗਾ ਬੱਕਰਾ ਅੱਛਾ ਚਲੋ ਜੀ ਲਓ ਜੀ ਕਹਿੰਦੇ ਨੇ ਜੀ ਅਸੀਂ ਮਹਿੰਗਾ ਖਰੀਦਿਆ ਅਤੇ ਇਸ ਲਈ ਅਸੀਂ ਜਿਹੜਾ ਮਹਿੰਗੇ ਵੇਚਣਾ ਕਿਉਂ ਬਾਈ ਅਤੇ ਲਓ ਜਨਾਬ ਅੱਗੇ ਚੱਲਦੇ ਜੀ ਅਤੇ ਅੱਗੇ ਤੁਹਾਨੂੰ ਹੋਰ ਤੁਹਾਨੂੰ ਮੈਂ ਦਿਖਾਉਣਾ ਜਾਨਵਰਾਂ ਦੇ ਰੇਟ ਵਗੈਰਾ